ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਦਾਸ ਇੱਕ ਖਾਸ ਆਪ ਦੇ ਨਾਲ ਵਿਚਾਰਾਂ ਸਾਂਝੀਆਂ ਕਰਨਾ ਚਾਹੁੰਦਾ ਹੈ ਵੀ ਪਿਛਲੇ ਦਿਨਾਂ 'ਚ ਜਦੋਂ ਇਹ ਵੋਟਿੰਗ ਹੋਈ ਬਈ ਯੂਕੇ ਨੂੰ ਯੂਰਪੀਅਨ ਯੂਨੀਅਨ 'ਚ ਰਹਿਣਾ ਚਾਹੀਦਾ ਜਾਂ ਨਹੀਂ ਰਹਿਣਾ ਚਾਹੀਦਾ, ਉਸ ਵਕਤ ਬਹੁਤ ਸੰਮਤੀ ਲੋਕਾਂ ਨੇ ਇਹ ਵੋਟਾਂ ਪਾਈਆਂ ਵੀ ਯੂਕੇ ਨੂੰ ਯੂਰਪੀਅਨ ਯੂਨੀਅਨ ਤੋਂ ਅਲੱਗ ਹੋ ਜਾਣਾ ਚਾਹੀਦਾ। ਇਸਦੇ ਵਿੱਚ ਕੁਝ ਲੋਕਾਂ ਨੇ, ਜਿਹਦੇ 'ਚ ਸਿੱਖ ਕੌਮ ਦੇ ਇੱਥੇ ਪਾਪੂਲੇਸ਼ਨ ਨੇ ਘੱਟੋ ਘੱਟ ਨਹੀਂ ਤਾਂ 65% ਦੇ ਹਿਸਾਬ ਨਾਲ ਵੋਟਾਂ ਇਸ ਵਿੱਚ ਪਾਈਆਂ ਵੀ ਹਾਂ ਸਾਨੂੰ ਅਲੱਗ ਹੋ ਜਾਣਾ ਚਾਹੀਦਾ। ਪਰ ਜਾਂ ਕੁਝ ਸਾਡੇ ਵੀਰ ਸੱਜਣ ਜਾਣੇ ਜਾਂ ਅਣਜਾਣੇ ਇਸ ਹੱਕ ਦੇ ਵਿੱਚ ਨੇ ਵੀ ਨਹੀਂ ਸਾਨੂੰ ਯੂਰਪੀਅਨ ਯੂਨੀਅਨ ਦੇ ਨਾਲ ਰਹਿਣਾ ਚਾਹੀਦਾ। ਠੀਕ ਹੈ, ਬਿਲਕੁਲ ਇਕੱਠ 'ਚ ਬੜਾ ਜ਼ੋਰ ਹੁੰਦਾ ਹੈ, ਪਰ ਵੇਖਣ ਵਾਲੀ ਗੱਲ ਇਹ ਹੈਗੀ ਹੈ ਵੀ ਜਿਹੜਾ ਯੂਰਪੀਅਨ ਯੂਨੀਅਨ ਦਾ ਕਾਂਸਟੀਟਿਊਸ਼ਨ ਹੈ ਉਹਦੇ ਉੱਤੇ ਪ੍ਰਭਾਵ ਜਿਹੜੇ ਉਹ ਲੋਕ ਹਨ ਜਿਹੜੇ ਕਿ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ, ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਉਹਨਾਂ ਦੀ ਸੋਚ ਜਿਹੜੀ ਹੈ ਉਹ ਕਮਿਊਨਿਜ਼ਮ ਦੀ ਹੈ, ਉਹ ਰੱਬ ਨੂੰ ਨਾ ਮੰਨਣ ਵਾਲੇ ਬੰਦਿਆਂ ਦੀ ਸੋਚ ਹੈ। ਤਾਂ ਹੀ ਯੂਰਪੀਅਨ ਯੂਨੀਅਨ ਦੇ ਜਿਹੜੇ ਕਾਂਸਟੀਟਿਊਸ਼ਨ ਹੈ ਉਹਦੇ ਲਾ ਦੇ ਅੰਦਰ ਕਿਸੇ ਵੀ ਧਾਰਮਿਕ ਚਿੰਨ੍ਹ ਦੇ ਉੱਤੇ ਪਾਬੰਦੀ ਲਾਈ ਜਾ ਸਕਦੀ ਹੈ, ਭਾਵੇਂ ਕਿ ਉਹ ਮੁਸਲਮਾਨਾਂ ਦਾ ਬੁਰਕਾ ਹੋਵੇ, ਭਾਵੇਂ ਕ੍ਰਿਸ਼ਨਾਂ ਦਾ ਕ੍ਰਾਈਸ ਹੋਵੇ, ਜਾਂ ਉਹ ਸਿੱਖਾਂ ਦੀ ਦਸਤਾਰ ਹੋਵੇ। ਇਸ ਕਰਕੇ ਸਿੱਖ ਕੌਮ ਲਈ ਯੂਰਪੀਅਨ ਯੂਨੀਅਨ ਵਿੱਚ ਰਹਿ ਕੇ ਸਿੱਖ ਕੌਮ ਲਈ ਬੜਾ ਵੱਡਾ ਇੱਕ ਖਤਰਾ ਜਿਹੜਾ ਪੈਦਾ ਹੋਵੇਗਾ, ਜਿਵੇਂ ਕਿ ਅੱਗੇ ਫਰਾਂਸ ਦੇ ਵਿੱਚ ਵੀ ਉੱਥੇ ਬੱਚਿਆਂ ਨੂੰ ਪੱਗ ਬੰਨ੍ਹਣ ਦੀ ਇਜਾਜ਼ਤ ਨਹੀਂ ਸਕੂਲ 'ਚ ਜਾ ਨਹੀਂ ਸਕਦੇ। ਇਸ ਕਰਕੇ ਸਾਨੂੰ ਸਿੱਖਾਂ ਨੂੰ ਚਾਹੀਦਾ ਹੈ ਪਹਿਲਾਂ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਕੇ ਤਦ ਇਹੋ ਜਿਹੀਆਂ ਬਿਆਨਬਾਜ਼ੀਆਂ ਜਥੇਬੰਦੀਆਂ ਨੂੰ ਸਾਡੇ ਭਰਾਵਾਂ ਨੂੰ ਕਰਨੀਆਂ ਚਾਹੀਦੀਆਂ ਨੇ, ਜਾਂ ਜਾਣੇ ਅਣਜਾਣੇ ਵਿੱਚ ਅਸੀਂ ਆਪਣਾ ਸਿੱਖ ਕੌਮ ਦਾ ਕੋਈ ਕਾਣ ਨਾ ਕਰ ਲਈਏ, ਕਿਉਂਕਿ ਸਿੱਖ ਦੀ ਦਸਤਾਰ ਤੋਂ ਬਗੈਰ ਆਈਡੈਂਟੀ ਨਹੀਂ ਹੈ, ਸਿੱਖ ਦੀ ਦਸਤਾਰ ਤੋਂ ਬਗੈਰ ਕੋਈ ਵੈਲਿਊ ਨਹੀਂ ਹੈ। ਸਭ ਸੂਰਤ ਦਸਤਾਰ ਸਿਰਾ ਇਹ ਗੁਰੂ ਦੀ ਮੋਹਰ ਹੈ। ਇਸ ਕਰਕੇ ਸਾਨੂੰ ਬੜੇ ਧਿਆਨ ਨਾਲ, ਬਾਕੀ ਜਿਹੜੀਆਂ ਗੱਲਾਂ ਨੇ ਉਹ ਕਮਰਸ਼ਲ ਨੇ, ਉਹ ਮੁਲਕ ਦੀ ਵਾਧੇ ਘਾਟੇ ਦੀਆਂ ਨੇ, ਪੌਣ ਦੇ ਉਤਰਾਅ ਚੜ੍ਹਾ ਦੀਆਂ ਨੇ, ਉਹ ਇੱਕ ਪਾਸੇ ਰੱਖ ਕੇ ਪਹਿਲਾਂ ਆਪਣਾ ਕੌਮ ਵੇਖੀਏ, ਭਾਵੇਂ ਅਸੀਂ ਆਪਣੀ ਅੱਧੀ ਰੋਟੀ ਨਾਲ ਸਾਨੂੰ ਗੁਜ਼ਾਰਾ ਕਿਉਂ ਨਾ ਕਰਨਾ ਪਵੇ। ਜੇ ਯੂਰਪੀਅਨ ਯੂਨੀਅਨ ਦੇ ਲਾ ਦੇ ਮੁਤਾਬਕ ਉਹ ਜਿਹੜੇ ਮੁਲਕ ਯੂਰਪੀਅਨ ਯੂਨੀਅਨ ਨਾਲ ਸੰਬੰਧਿਤ ਨੇ ਉਹ ਪਾਬੰਦੀ ਲਾ ਸਕਦੇ ਨੇ, ਪਰ ਜਿਹੜਾ ਮੁਲਕ ਉਹਦੇ ਵਿੱਚ ਨਹੀਂ ਹੋਵੇਗਾ, ਉੱਥੇ ਆਪਾਂ ਇੰਗਲੈਂਡ ਜਿੱਥੇ ਰਹਿ ਰਹੇ ਹਾਂ ਅਸੀਂ ਸ੍ਰੀ ਸਾਹਿਬ ਵੀ ਪਾ ਕੇ ਪਾਰਲੀਮੈਂਟ ਵਿੱਚ ਵੀ ਚਲੇ ਜਾਈਦਾ ਵੇ, ਕੋਰਟਾਂ 'ਚ ਵੀ ਚਲੇ ਜਾਈਦਾ ਵੇ, ਦਸਤਾਰ ਬਣੀ ਸਾਨੂੰ ਕਦੇ ਉਹਨਾਂ ਨੇ ਕਦੇ ਕੋਈ ਪ੍ਰੋਬਲਮ ਇੱਕਾ ਦੁੱਕਾ ਅਸੀਂ ਕਹਿ ਨਹੀਂ ਸਕਦੇ ਬੇਵਕੂਫ ਕੋਈ ਹੋਵੇਗਾ, ਪਰ ਕਦੇ ਪ੍ਰੋਬਲਮ ਨਹੀਂ ਆਈ ਕੰਮਾਂ ਦੇ ਕਾਰਾਂ। ਸਾਡੇ ਪਾਇਲਟ ਨੇ, ਸਾਡੇ ਫੌਜ 'ਚ ਨੇ, ਸਾਡੇ ਆਰਮੀ 'ਚ ਬੰਦੇ ਨੇ, ਸਪੋਰਟਸ ਵਿੱਚ ਨੇ, ਡਰਾਈਵਰ ਨੇ, ਰੇਲ ਵਿੱਚ ਨੇ, ਹਰ ਥਾਂ ਦੇ ਦਫ਼ਤਰਾਂ 'ਚ ਅਸੀਂ ਦਸਤਾਰ ਬੰਨ ਕੇ ਜਾਂਦੇ ਹਾਂ ਆਪਣੀ ਮਰਜ਼ੀ ਨਾਲ, ਕੋਈ ਸਿਰ ਮੂੰਹ ਮਨਾ ਲਏ ਤਾਂ ਅਲੱਗ ਗੱਲ ਹੈ, ਇੱਥੇ ਤੁਹਾਨੂੰ ਪੂਰੀ ਖੁੱਲ੍ਹ ਹੈ ਇਸ ਮੁਲਕ 'ਚ। ਸੋ ਕਿਰਪਾ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹਦੇ ਉੱਤੇ ਬੜਾ ਆਪਾਂ ਨੂੰ ਪੈਰ ਫੂਕ ਫੂਕ ਕੇ ਤੁਰਨਾ ਚਾਹੀਦਾ, ਔਰ ਆਪਣੀ ਜਿਹੜੀ ਸਿੱਖਾਂ ਦੀ ਆਈਡੈਂਟੀ ਨੂੰ ਕਾਇਮ ਰੱਖਣ ਵਾਸਤੇ ਉਹ ਕੰਮ ਕਰਨੇ ਚਾਹੀਦੇ ਨੇ ਸੋਚ ਵਿਚਾਰ ਕੇ, ਜਿਹੜੇ ਕਿ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਜਨਰੇਸ਼ਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।